ਸ਼੍ਰੀ ਹਰਿ ਕ੍ਰਿਸ਼ਨ ਧਿਆਈ ਅਜ ਰਿਟੈ ਸਦੋ ਜਾਇ ਦੇਵ ਬਹਾਦਰ ਸਿਮਰਿਆ ਕਰਨਾ ਦਿਆਵੈ ਧਾਇ ਸਭਤਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭਤਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਮਾਣਿਆਂ ਦੇ ਮਾਣੇ ਤਾਣਿਆਂ ਦੇ ਤਾਣੇ ਉੱਠਿਆਂ ਦੀ ਹੋਰ ਸੱਚੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦਾ ਪਾਵਨ ਮੁੱਖ ਵਾ ਕੇ ਅਲੱਗ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਪ੍ਰੀਤਮਾਨ ਸੁਰਗਵਾਸੀ ਸਰਦਾਰ ਜੋਗਿੰਦਰ ਸਿੰਘ ਜੀ ਹਰਬੰਸ ਕੌਰ ਜੀ ਤਿੰਨਾਂ ਦਾ ਸੇਵਕ ਪਰਿਵਾਰ ਤਿੰਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਬੀਬੀ ਅਮਨਦੀਪ ਕੌਰ ਜੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਬੱਚੀ ਦੀ ਦਾਤ ਧੀ ਰਾਣੀ ਗੁਰਲੀ ਗੁਰਮਾਨ ਕੌਰ ਦੀ ਦਾਤ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਆਪ ਜੀ ਦਾ ਕੁਟਾਨ ਕੋਟ ਸ਼ੁਕਰਾਨਾ ਕਰਦੇ ਹੋਏ ਬੱਚੀ ਦੀ ਲੋਹੜੀ ਮਨਾਉਂਦੇ ਹੋਏ ਪਾਤਸ਼ਾਹ ਜੀ ਆਪ ਜੀ ਦੇ ਮੁਬਾਰਕ ਚਰਨ ਆਪਣੇ ਗ੍ਰਹਿ ਵਿਖੇ ਪਾਉਣ ਵਾਸਤੇ ਸੇਵਕ ਪਰਿਵਾਰ ਹਾਜ਼ਰ ਹੋਇਆ ਹੈ। ਕਿਰਪਾ ਕਰੋ ਦਾਸਰਿਆਂ 'ਤੇ ਸਵਾਰੀ ਕਰੋ ਰਸਤੇ ਵਿੱਚ ਅੰਗ ਸੰਗ ਸਹਾਇਤਾ ਕਰਨੀ ਜੀ ਪਾਤਸ਼ਾਹ ਜੀ ਉਹ ਬਖਸ਼ੋ ਆ ਗਿਆ ਸਹੀ ਪਿਆਰੇ ਮੇਲ ਜਿੰਨਾ ਬਣਿਆ ਆਪ ਜੀ ਨਾਮ ਚਿਤਾਵ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸੁਭਾਡਾ ਪ੍ਰਣਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਪ੍ਰਭ ਕੋ ਸਿਮਰੈ ਸੇ ਜਨ ਪਰਮਾਨ ਪ੍ਰਭ ਕੋ ਸਿਮਰੈ
ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬਿਮੋ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਹਾਵੈ, ਪ੍ਰਭ ਕੋ ਸਿਮਰੈ ਤਿਨ ਆਸਨ, ਪ੍ਰਭ ਕੈ ਸਿਮਰਨ ਅਨ ਅਚਨ ਘਾਸ, ਉਪਰ ਸਿਮਰਨ ਕੰਤ ਨ ਪਾਰ, ਸਿਮਰੈ ਸੇ ਜਾਣ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਨੀ ਪਿਆ, ਹਰਿ ਸਿਮਰਨ ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਵੇਦ ਉਪਾਏ, ਹਰਿ ਸਿਮਰਨ ਭਏ ਸਿਧ ਜਤੀ ਦਾਤੇ, ਹਰਿ ਸਿਮਰਨ ਨੀਤ ਚੌਕੁੰਟ ਜਾਤੇ, ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰਿ ਸਿਮਰਨ ਕੀ ਸਗਲੈ ਕਾਰਾ, ਹਰਿ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਇ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚੱਲੈ, ਕਰੋਈ ਬੰਦ ਨਾਮ ਪਰੈ, ਹਰਿ ਕਾ ਨਾਮ ਜਪਤ ਨਿਜ ਤਰੈ, ਅਨਿਕ ਮਾਇਆ ਰੰਗ ਤਿਖ ਨਾਮ ਬੁਝਾਵੈ, ਹਰਿ ਕਾ ਨਾਮ ਜਪਤ ਆਕਾਵੈ, ਜੇ ਮਾਰ ਗਿਓ ਜਾਤ ਇਕੇਲਾ, ਤੈ ਹਰਿ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰੂ ਕੇ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਈ, ਅਨਿਕ ਬਿਘਨ ਜੈ ਸੰਘਾਰੈ, ਹਰਿ ਕਾ ਨਾਮ ਤਤਕਾਲ ਉਧਾਰੈ, ਅਨਿਕ ਜੋਨ ਜਲ ਮੈਂ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹੋਮੈ ਲਾਮਲ ਕਪੋ ਨ ਧੋਵੈ, ਹਰਿ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰ ਕੇ ਗਨ ਜਾਇ ਨ ਕੋਸਾ, ਹਰਿ ਕਾ ਨਾਮ ਸੰਗ ਦੋਸਾ, ਹਰਿ ਕਾ ਨਾਮ ਦਾਸ ਕੀਓਟ, ਹਰਿ ਕੈ ਨਾਮ ਉਦਰੇ ਜਨ ਕੋਟ, ਹਰਿ ਜਸ ਕਰਤ ਸੰਤ ਦਿਨ ਰਾਤ, ਹਰਿ ਆਲਾ ਉਖਲ ਸਾਧ ਕਮਾਤ, ਹਰਿ ਜਨ ਕੈ ਹਰਿ ਨਾਮ ਨਿਧਾਨ, ਨਾਨਕ ਪੂਜੈ ਹਰਿ ਹਰਿ ਦੇਵਾ, ਹਰਿ ਹਰਿ ਜਨ ਕੈ ਮਾਲਕ ਜੀਨਾ, ਹਰਿ ਧਨ ਜਨ ਕਉ ਆਪ੍ਰਭ ਦੀਨਾ, ਹਰਿ ਹਰਿ ਜਨ ਕੈ ਓਟ ਸਤਾਣੀ, ਹਰਿ ਪ੍ਰਤਾਪ ਜਨ ਵਰਨ ਜਾਣੀ, ਓਤ ਪੋਤ ਜਨ ਹਰਿ ਰਸ ਰਾਤੇ, ਸੁਨ ਸਮਾਰ ਨਾਮ ਰਸ ਮਾਤੇ, ਆਠ ਪਹਿਰ ਜਨ ਹਰਿ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੇ ਪਾਰ ਜਾ, ਤਿਵਰ ਕੋ ਨਾਮ ਕਾਮ ਧੀਨ ਹਰਿ ਹਰਿ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਨੰਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਹਿਲ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ। ਸਰਬ ਟੰਡੋਲ ਪੂਜ ਸਦਾਹੀ ਹਰਿ ਹਰੇ, ਨਾਨਕ ਨਾਮ ਅਮੋਲ ਅਸ਼ਟਪਦੀ। ਜਾਪ ਤਾਪ ਗਿਆਨ ਸਭ ਧਿਆਨ, ਖਟ ਸਾਸਤ੍ਰ ਸੁਮਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਦੇ ਫਿਰਿਆ, ਅਨੇਕ ਪ੍ਰਕਾਰ ਕੀਏ ਕੋ ਜਤਨਾ, ਪੂਰਨ ਦਾਨ ਹੋਵੇ ਕੋ ਰਤਨਾ, ਸੀਰ ਕਟਾਇਆ ਹੋਵੇ ਕੋ ਰਾਤੀ, ਵਰਤ ਨੇਮ ਕਰੇ ਕੋ ਭਾਤੀ, ਨਹੀਂ ਤੁਰ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ, ਮਾਂ ਉਦਾਰਤ ਪੀ ਸਰ ਥੀਵੈ, ਅਗਨ ਮਾਏ ਮੋਮਤ ਪ੍ਰਾਣ, ਕਰਿ ਕਸਵ ਹੈ ਵਰ ਭੂਮ ਦਾਨ, ਵਿਉਦੀ ਕਰਮ ਕਰੈ ਬੋ ਆਸਨ, ਚੈਨ ਮਾਰਿ ਸੰਜਮਾ ਸਾਧਨ,
ਨਿਮਕ ਨਿਮਕ ਕਰ ਸਰੀਰ ਕਟਾਵੇ ਤਾਂ ਵੀ ਹੋਮੈ ਮੈ ਨਾ ਜਾਵੇ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਮ ਗੁਰਮੁਖ ਨਾਮ ਜਗਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁਟੈ ਕਰ ਭਾਨਾ, ਮਨ ਤੇ ਹੁਟੈ ਸੋਚ ਕਰੈ ਦਿਨ ਸਾਰ ਰਾਤ। ਮਨ ਕੀ ਮੈ ਨ ਤੰਤੇ ਜਾਤ, ਅਨੇਕ ਜਤਨ ਕਰ ਕ੍ਰਿਸ਼ਨ ਨਾ ਧਰਾਪੈ ਭੀਖ। ਅਨੇਕ ਅਗਨਿ ਬੁਝੈ ਕੋਟ ਪਾਪ, ਦਰਗੈ ਨੀ ਸਿਧੈ ਛੋਟਸ ਨਾਹੀ ਉਪਿਆ। ਮੋਹੇ ਬਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮ ਡਾਨੈ। ਗੋਬਿੰਦ ਭਜਨ ਮਿਰ ਦਿਲ ਨਹੀ ਮਾਨੈ, ਹਰਿ ਕਾ ਨਾਮ ਜਪ ਸਾਧਨਾ ਕੀ ਸਭਨੀ ਪਰੈ। ਜਿਸ ਜਨ ਕੋ ਪ੍ਰਭ ਦਰਸ ਭਿਆਸਾ, ਨਾਨਕ ਤਾ ਕੈ ਪਲ ਪਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਫ ਮਾਨਕ ਨੇ ਤੇ ਬੁਰਾ ਮਿਟਾਨਾ। ਵੇਖੈ ਸਗਲ ਸ੍ਰੇਸ਼ਟ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇ ਤਾ। ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਧਨ ਕੋ ਧਨ ਤੇਰੋ ਨਾਉ। ਮਿਥਾਵੇ ਕੋ ਨਾਉ ਤੇਰਾ ਥਾਉ, ਨਿਮਾਨੇ ਕੋ ਪ੍ਰਭ ਤੇਰੋ ਮਾਨ। ਸਗਲ ਘਟਾ ਕੋ ਦੇ ਮੋਹ ਦਾਨ, ਕਰਮ ਕਰਾਮ ਨਿਹਾਲ ਸੁਆਮੀ। ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਨਿਤ ਜਾਣੂ ਆਪੇ। ਆਪਨ ਸੰਗਾ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ। ਨਾਨਕ ਅਵਰ ਨ ਜਾਣ ਸਕੋਏ, ਸਰਬ ਧਰਮ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਤਮ ਕਿਰਿਆ। ਸਾਧ ਸੰਗ ਦੁਰਮਤ ਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ। ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ। ਹਰ ਕੋ ਜਸ ਦਸਨ ਬਖਾਨੀ, ਸਗਲ ਥਾਨ ਤੇ ਹੋ ਉਤਮ ਤਰਾਨੀ। ਕੌਣ ਮੂਹ ਤੇ ਕੌਣ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ ਗਰਭਗ। ਜੋਠਾਪੁਰ ਸਸਦਾ ਜੂਰੇ, ਤਾਕੋ ਅੰਦਾ ਜਾਨ। ਤਰ ਦੂਰੇ ਜਾ ਕੇ ਟੈਲ ਪਾਵੇ, ਦਰਗੈ ਮਾਨਤ ਸਹਿਬ ਸਾਰੇ ਮੁਕਤ ਜਾਨ। ਸਦਾ ਸਦਾਏ ਭੂਜਨ ਹਾਰ, ਨਾਨਕ ਰਾਖਨ ਹਾਰ ਪਾਰ। ਰਤਨ ਤਿਆਗ ਕੋਟੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਜੋ ਛਟਨਾ ਸਵਸਤਿ ਕਰ ਮਾਨੈ, ਜੋ ਹੋਂਸ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਰੀ ਤਿਸ ਪਰ ਹਰੈ। ਚੰਦਨ ਲੇਗੋ ਤਾਰੈ ਧੋਏ, ਕਰਤਾ ਪੀਤ ਪਸੰਦ ਸੰਗ ਹੋਏ। ਅੰਧ ਖੂਬ ਮੈਂ ਪਤਿਤ ਵਿਕਰਾਲ, ਨਾਨਕ ਕਾੜ ਲਿਓ ਪ੍ਰਭ ਦਇਆਲ। ਕਰਤੂਰ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੈ ਦਿਨ ਰਾਤ। ਬਾਹਰ ਪੇਖ ਅੰਤਰ ਮਲ ਮਾਇਆ, ਸ਼ਬਦ ਨਾਹੀਂ ਕਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਪਿਆ ਪਹਿਲੇ ਵਿਸਵਾਨ। ਅੰਤਰ ਅਗਨ ਬਾਹਰ ਤਨ ਸਵਾ, ਕਰ ਪਾਤਰ ਕੈਸੇ ਤਰੈ ਅਥਾ। ਜਾ ਕੈ ਅੰਤਰ ਵਸੈ ਪ੍ਰਭ ਆਪ, ਨਾਨਕ ਜਨ ਸਹਿ ਸਮਾਸ। ਅੰਧਾ ਕੈਸੇ ਮਾਰਗ ਪਾਵੈ, ਦਰਗੈ ਲਿਓ ਉੜਨ ਬਹਾਵੈ। ਕਾਮ ਬੁਝਾਰਤ ਪੂਜੈ ਟੋਰ, ਨਿਸਕਈਏ ਤੋ ਸਮਝੈ ਭੂਰਾ। ਕਾ ਵਿਸ਼ਨ ਪਦ ਗਾਵੀ ਸਲੋਕ, ਦੇਨ ਹਾਰ ਪ੍ਰਭ ਛੋੜ ਕੈ ਲਾਗੈ ਆਣ ਸਵਾਏ। ਨਾਨਕ ਕਹੂ ਨਾ ਸੀਜਈ ਫਿਰ ਨਾਵੇ ਪਦ ਜਾਏ। ਅਸ਼ਟਪਦੀ ਦਸ ਵਸਤੂ ਲੇ ਪਾਚੈ ਪਾਵੇ, ਇੱਕ ਵਸਤ ਕਾਰਨ ਵਿਖੋਟ ਗਵਾਵੇ। ਇੱਕ ਭੀਨਾ ਦੇ ਦਸ ਪੀਰ ਲੇ ਤਾਂ ਭੂੜਾ ਕੌਣ ਕਹਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕੌਪੀ ਜੈ ਸਾਧ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮੀਠਾ, ਸਰਬ ਸੂਪ ਤਾਕ ਮਨ ਮੂਠਾ। ਜਿਸ ਜਾਣੇ ਆਪਣਾ ਹੁਕਮ ਮਨਾਇਆ, ਸਰਬ ਲੋਕ ਨਾਨਕ ਦਿਨ ਪਾਇਆ। ਅਗੰਤ ਸਾਹੋ ਆਪਣੀ ਦੇ ਰਾਸ, ਕਾਤ ਪੀਤ ਪਰਤੈ ਅੰਧ ਉਲਾਸ। ਆਪਣੀ ਮਾਨ ਕਛ ਬਾਹੂ ਸਾਹੂ, ਲੇ ਗਿਆਨੀ ਮਨ ਉਸ ਕਰੇ। ਅਨੰਤ ਮਾਇਆ ਕੇ ਹੇ ਸਰ ਪ੍ਰਭੁ ਵੰਦਿਆਨ ਅਨੇਤ। ਬਿਰਖ ਕੀ ਛਾਇਆ ਸਿਉ ਰੰਗ ਲਾਵੇ, ਉਹ ਬਿਨਸੈ ਉਹ ਮਨ ਪਛਤਾਵੇ। ਜੋ ਦਿਸੈ ਸੋ ਚਲ ਨਹਾਰ, ਲਪਟ ਰਹੇ ਹੋ ਤੈ ਅੰਧਾਰ। ਬਟਾਉ ਸਿਉ ਜੋ ਲਾਵੇ, ਨੇ ਤਾਕੋ ਆਜ ਨਾ ਆਵੇ ਕਿਹੇ।
ਮਨ ਹਰ ਕੇ ਨਾਮ ਕੀਤੇ ਤੋ ਸੁਖਦਾਈ ਕਰ ਕਿਰਪਾ ਨਾਨਕ ਆਪ ਲਏ ਲਾਈ ਮਿਥਿਆ ਤਨ ਧਨ ਕੁਟੰਬ ਸਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰਤ ਗੁਮਾਨ ਅਤਿ ਭਗਤ ਸਾਧ ਕੀ ਸ਼ਰਨ ਨਾਨਕ ਚਾਰ ਗੁਣ ਧਾਵੈ ਮਿਥਿਆ ਮਨ ਪਰ ਲੋਕ ਲੁਭਾਵੈ ਮਿਥਿਆ ਤਾਨੇ ਪਰ ਪੁਕਾਰਾ ਮਿਥਿਆ ਵਾਸ ਲੇਖ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਨਾਮ ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾਰੀ ਸਲੋਕ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਚੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋਰਾ ਕਮਨ ਮਾਏ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤੁਧਰ ਕੈ ਮਨ ਪਾਵੈ ਨਾਨਕ ਪਰ ਸੇਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਰਦਰ ਢਾਕੇ ਮਨ ਸਰਨੀ ਪਈ ਮਨ ਤਿਸ ਪ੍ਰਭ ਕੋ ਕਬੂ ਨਾਮ ਵਿਸਾਰੀ ਜੇ ਪ੍ਰਸਾਦ ਉਪਾਕ ਮਿਲਕ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਵਰਤ ਬਨਾਏ ਉਠਤ ਬੈਠਤ ਸਰਤ ਸਹਿ ਦਿਹਾਈ ਤਿਸੈ ਦਿਹਾਏ ਜੋ ਏਕ ਲਖੈ ਇਹਾ ਉਹਾ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਾ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤਰ ਸੁੰਦਰ ਰੂਪ ਸੋਭਰਾ ਸਿਮਰ ਸਦਾ ਰੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋਭਰਾ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਨੇ ਕਰਮ ਨਾ ਜੇ ਪ੍ਰਸਾਦ ਦੇਖੈ ਵਿਸਮਾਦ ਜੇ ਪ੍ਰਸਾਦ ਬੋਲੇ ਮਿਲਕ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਵਸਨਾ ਜੇ ਪ੍ਰਸਾਦ ਹਸਤ ਕਰ ਚੱਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਦਤ ਪਾਲੈ ਜੇ ਪ੍ਰਸਾਦ ਸੁਖ ਸਹਿ ਸਮਾਰੈ ਐਸਾ ਪ੍ਰਭ ਤਿਆਗ ਵਰਗਾ ਤੁਮ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਗੁਰੂ ਨਾਮ ਨੂੰ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਪ੍ਰੇਰਨਾ ਮੂਲ ਪ੍ਰਸਾਦ ਸੰਨਾਇ ਕੋ ਮੰਦਾ ਸਾਧ ਸੰਗਾਨੇ ਪਰਮਾਨੰਦਾ ਸਾਰ ਕਸਨ ਨਾਇਓ ਤਾਪ ਸਾਧ ਸੰਗ ਕਰੇ ਸਭ ਆਪ ਆਪੇ ਜਾਣੈ ਸਾਧ ਵਡਾਈ ਨਾ ਧਾਰੈ ਸਾਧ ਸੰਗ ਸਾਧ ਉਮੀਦ ਕਟੰਬ ਨਿਸਤਾਰੈ ਸਾਧੁ ਕੈ ਸੰਗ ਸੋ ਤਨ ਪਾਵੈ ਜਿਸ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਅੰਮ੍ਰਿਤ ਗੁਣ ਗਾਇ ਸਾਰ ਕਸੰਗ ਸਰਬ ਥਾਨ ਗਪ ਨਾਨਕ ਸਾਰ ਕਸੰਗ ਸਫਲ ਜਨਮ ਸਾਰ ਕਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੇ ਸੰਗ ਕਲੂ ਖਤ ਹਰੈ ਸਾਧੁ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਾਣੈ ਕਮਲ ਅਲੇਪ ਮਹਾਂਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਧਾਵਤ ਬੰਦਾ ਬ੍ਰਹਮ ਗਿਆਨੀ ਕਹੋਏ ਸੁਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਅਵਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ
ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਭ ਜਾਗਤ, ਬ੍ਰਹਮ ਗਿਆਨੀ ਰੂਪ ਤਿਆਗਤ, ਬ੍ਰਹਮ ਗਿਆਨੀ ਕਾ ਮਨ ਪਰਮਾਨੰਦ, ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਬ੍ਰਹਮ ਗਿਆਨੀ ਕਾ ਨੇ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਇੱਕ ਸੰਹੇਤਾ, ਬ੍ਰਹਮ ਗਿਆਨੀ ਕਹੇ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੈ ਪ੍ਰਵਿਆਪ, ਬ੍ਰਹਮ ਗਿਆਨੀ ਕਾ ਬਟ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਕਟ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿੱਖ ਕਾ ਕਰਤਾ, ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਨਿਮਖ ਨਿਮਖ ਠਾਕੁਰ ਨਮਸਕਾਰ, ਨਾਨਕ ਉਹ ਪਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨ ਭੇਖੈ ਮਨ, ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਵਰੈ ਨਾਮ ਜਪੈ, ਨਾਨਕ ਉਹ ਵੈਸਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਰਨ ਸਗਲ ਤਿਆਗੈ, ਤੁਸ਼ਟ ਕਾ ਸੰਗ ਮੰਤੇ ਬਿਨ ਸਹਿ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਨ ਖੋਵੈ, ਤਿਸ ਭਗਵਤੀ ਕੀ ਮਾਤੂ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਧਰਿ ਅਰਪੈ ਬਿਸਨ ਫਰੀ, ਦਰਗੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਸੋਧੈ।
ਏ ਕੋਟ ਨਾਮ ਗੁਣਗਾਵੇ ਆਤਮ ਰਖ ਸੁ ਸਹਿ ਸਮਾਵੇ ਆਪਣੇ ਤਨ ਕੋ ਸਾਥ ਸਾਥ ਸਮਾਵੇ ਆਨ ਕੋਇ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀ ਅਲ ਸੋਏ ਅਲ ਕਵੀ ਹਰ ਤਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਨੇਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਰਹਿਆ ਸਮਾਈ ਪ੍ਰਭਾਵੈ ਮਾਨਵ ਗਾਤ ਪਾਵੈ ਪ੍ਰਭਾਵੈ ਤਾ ਪਾਤਰ ਤਰਾਵੈ ਪ੍ਰਭਾਵੈ ਬਿਨਤਾ ਤਿਰਾਕੈ ਪ੍ਰਭਾਵੈ ਤਾ ਹਰ ਗੁਣ ਭਾਕੈ ਪ੍ਰਭਾਵੈ ਤਾ ਪਤਿ ਤਵਧਾਰੈ ਆਪਰੈ ਆਪਨ ਵਿਚਾਰੈ ਦੋਹਾਂ ਸਿਰਿਆਂ ਪਾਇਆ ਸੁਆਮੀ ਖੇਲੈ ਵਿਰਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਕੀਰਤੀ ਅਵਰ ਨਾ ਆਵੈ ਕਹੋ ਮਾਨਕ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਣ ਵਿਖਿਆ ਮੈਂ ਰਚੈ ਜੇ ਜਾਣਤਾ ਆਪਣਾ ਆਪ ਬਚੈ ਪਰ ਮੈਂ ਭੂਲਾ ਕਹਿ ਜਿਸ ਭਾਵੈ ਨਿਮ ਕਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਬੀਜ ਕੀਟ ਕੋ ਰਾਜ ਪਾਲ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਬਲੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪਣਾਈ ਨਾਨਕ ਜੀਵੈ ਦੇਖ ਬੜਾਈ ਇਸਕਾ ਬਲ ਨਾਹੀ ਸਹਾਤੀ ਮੈਂ ਬਸੈ ਕਬੂ ਸੋਗ ਹਰ ਇੱਕ ਰੰਗ ਹੱਸੈ ਕਬੂ ਨਿਰਤ ਕਰੈ ਤੋ ਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਨਾ ਕ੍ਰੋਧ ਵਿਗਰਾਲ ਕਬੂ ਸਾਈ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜੀਰੇਨ ਜਾ ਕਾ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਨ ਆਪ ਸੁਜੈ ਜਿਸਕੀ ਜਾਨੋ ਤ੍ਰਿਸ਼ਨਾ ਬੁਝੈ ਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਦਿਸੇ ਨ ਲਾਗੈ ਦੁਖ ਜਿਸ ਕੋ ਹਰ ਬ੍ਰਹਮ ਚ ਧਿਆਵੈ ਸੋ ਸਤ ਸੁਲੀਲਾ ਨੇ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਧਾਰੀ ਧਾਰੀ ਸਭ ਸ੍ਰਿਸ਼ਟਾ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਥਾਪ ਅਪਨਾਸੀ ਨਾਹੀ ਕਿਸ ਖੰਡ ਧਾਰ ਧਾਰਿਓ ਬ੍ਰਹਿਮੰਡ ਅਲਖ ਭੇਵ ਪੁਰਖ ਪ੍ਰਤਾਪ ਪ੍ਰਭ ਕੇ ਸੇਵਕ ਦੂਖ ਵਿਸਾਰਣ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬੜ ਭਾਗੈ ਨਾਮ ਜਪਤ ਪਾਵੈ ਬਿਸਰਾਏ ਆਪਸ ਕੋ ਆਪ ਦੀ ਨੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਾਇਆ ਪਾਈਐ ਆਪ ਮਨੁੱਖ ਕੀ ਤੋ ਪ੍ਰੀਤ ਤਿਆਗ ਜਿਸ ਤੇ ਪਰੈ ਨਾਹੀ ਕਿਸ ਕੋਇ ਸਰਬ ਨਿਰੰਤਰ ਇਕੋ ਸਾ ਪੂਰਨ ਸਦਾ ਜੋਗ ਜੋ ਕਰ ਪਾਇਆ ਸੋਈ ਹੋਗਾ
ਹਰ ਪ੍ਰਭਾਨ ਜਾਕਾ ਨੇਤਰ ਪੂਰ ਤਿਸਕਾ ਮੰਤਰ ਨ ਜਾਣੈ ਹੋਰ ਅਨੰਦ ਰੂਪ ਮੰਗਲ ਸਭ ਜਾਪੈ ਸਰਬ ਦੁਖ ਸੁਣੀਐ ਘਰ ਤਾਕੈ ਰਾਜ ਮੈਂ ਰਾਜ ਲੋਕ ਮੈਂ ਜੋਗੀ ਤਪ ਮੈਂ ਤਪੀਸ਼ਰ ਗ੍ਰਿਸ਼ਟ ਮੈਂ ਭੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਸੁਰਤਾ ਕਰੇ ਅੰਤਰ ਸੂਤਾ ਸਮਤ ਗਿਆਨ ਧਿਆਨ ਜਿਰਦੇ ਲੰਦਾਸ ਨਾਮ ਧਿਆਵੈ ਸੇ ਤੈ ਗੁਣ ਮੈਂ ਜਾਪੋ ਕਰਮਾਏ ਜਨਮ ਮਰੈ ਫਿਰ ਆਵੈ ਜਾਏ ਉਤਮੀ ਤਿਸਕੇ ਅਸਥਾਨ ਆਪਣੇ ਸੇਵਕ ਕੀ ਆਫਤ ਰੱਖੈ ਤਾਂ ਕਿ ਲਗਭਗ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਪੁੱਛਦੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖੈ ਭਸਮ ਕਰੇ ਲਸ਼ਕਰ ਕੋਟ ਲਾਖੈ ਜਿਸਕਾ ਸਾਸਨ ਕਾਟਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨ ਜਤਨ ਕਰਤ ਕੋ ਭਾਂਤ ਤਿਸਕੇ ਕਰਤ ਫਿਰਥੇ ਜਾਤ ਮਾਰੇ ਨ ਰਾਖੇ ਅਵਰ ਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੀ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਵਾਰੰਵਾਰ ਵਾਰ ਪ੍ਰਭ ਜਪੀਐ ਪੀ ਅਮਰਦੇ ਮਨ ਤੰਤਰ ਪੀਐ ਨਾਮ ਰਤਨਜਨ ਗੁਰਮੁਖ ਪਾਇਆ ਰੰਗ ਨਾਮ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ ਆਪਸ ਕੋ ਕਰ ਕਛ ਨਾ ਜਲਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਇੱਕ ਵਾਰ ਗੁਰ ਕੋ ਬਲ ਜਾ ਬ੍ਰਹਮ ਜਨ ਜਨਮੈ ਪਾਰ ਬ੍ਰਹਮ ਇੱਕ ਆਪਣੇ ਦਸ ਭਰਮ ਸਹਿਸ ਸਿਆਣ ਪਲਿਆ ਨਾ ਜਾਈਐ ਐਸਾ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਭ ਦਰਸ਼ਨ ਬੇਗਤ ਪੁਨੀਤ ਪਰ ਸਤ ਚਰਨ ਗਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰ ਕੈ ਕਵੇ ਸੁੰਦਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀਆਂ ਨੇ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਰੇ ਚਰਨ ਕਮਲ ਹਿਰਦੈ ਸਿਮਰੇ ਤੇ ਸਗਲ ਵਿਆਦ ਮਨ ਦੇਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਜਿਤ ਪਾਈ ਚੁੱਕੇ ਭ੍ਰਮ ਗਵਨ ਸੋ ਨਾਨਕ ਹਰ ਹਰ ਜਸ ਰਵਨ ਧਾਰ ਏਕ ਸਿਮਰ ਨਾਮ ਆਧਾਰ ਅਵਰਤ ਪਾਵ ਸਮੀਤ ਵਿਸਾਰੋ ਚਰਨ ਕਮਲ ਰਿਤ ਮੈਂ ਪੁਰ ਧਾਰੋ ਕਰਮ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗੋਹੋ ਨਾਮ ਹਰ ਵਥ ਏ ਧਨ ਸੰਚੋ ਹੋਵੋ ਭਗਵੰਤ ਸੰਤ ਜਿਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੇ ਸਰਬ ਲੋਕ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਪੁੱਟ ਪੁੱਟ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕੋ ਨਿਤ ਪਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬੈਠਾਏ ਤਾਂ ਕੋ ਵਿਘਨ ਲਾਗੈ ਕੋਏ ਜਾ ਕਿਰਦੈ ਬਸੈ ਹਰ ਸੋਏ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਅਨਕੋ ਪਾਵਨ ਛੁਟਨ ਹਾਰੇ ਸਿਮਰਤ ਸ਼ਾਸਤਰ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਦ ਨਾਨਕ ਫਲ ਪਾਏ ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੋ ਤਮੀਤ ਕੁਟੰਬ ਅਰਬਨਤਾ ਜਿਹਦੇ ਕਾਹੋ ਤੁਮ ਕਮਲ ਸਨਾਥਾ ਰਾਜ ਰਾਬ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੇ ਹੋ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਰੇ ਏਕ ਅਰਾਧ ਪਰਾਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਬਿਰਤ ਬਿਰਤ ਪ੍ਰਭ ਅਪਾਰ ਆਦਿ ਗੁਰ ਕਾਰਨ ਕਰਤਾ
जब इसका वरुण चेहरा जापत तब हर्ष शोक को इसे व्यापत जब अपर आप पार ब्रह्म आप जय सर्व कला पे पर बीना जय बेत देव कहां को जीना जब अपन आप करता है तो सगन प्रसन्नता का विचार है जा अपने फिर नहीं को ठाओ और प्रसाद ना कुछ पाओ प्राण स्मरण का देखा जो जो होए सो सुख मन है करन श्रावण हाथ कर जन है अंदर बसे बार की ओही नमस्कार सब परवान गुरु प्रसाद नानक जो जान जो जन पिछला सुख होए आप मिलाए गए प्रभ सोए पूरे गुर का सुन उपदेश पार ब्रह्म निकट कर के था निर्मल सोपा मृदता की बानी एक नाम मन माहे समानी दुख रोग बिन से पै परम साध नाम निर्मलता के कर्म सब ते उच्चता की शोभा बनी नानक ए गुण नाम सुख मनी सब ते उच्च ताकी शोभा बनी नानक ए गुण नाम सुख मनी सुख मनी सुख अमृत प्रभ नाम भगत जना के मन विश्राम वाहिगुरु जी का खालसा वाहिगुरु जी की फतेह कहो नानक सब तेरी वड्याई
ਸੱਜਣ ਸੁਹੇਲੇ ਚਿੰਤਾ
ਇਹ ਚੰਦਰਮਾ ਹੈ, ਇਹ ਸੂਰਜ ਹੈ, ਇਹ ਬਸੰਤ ਰੁੱਤ ਦੇ ਫੁੱਲ ਨੇ, ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਪਰ ਜੇਕਰ ਕੋਈ ਕਹਿੰਦੇ ਰੁਦਰ ਧਿਆਨ ਸ਼ਿਵ ਜੀ ਮਹਾਰਾਜ ਜੀ ਵਾਂਗ ਕਹਿੰਦੇ ਕੋਈ ਸਮਾਧੀ ਲਾ ਕੇ ਬੈਠ ਜਾਵੇ, ਅਕਾਲ ਪੁਰਖ ਦੀ ਕਿਰਪਾ ਹੋ ਜਾਵੇ, ਹੋ ਸਕਦਾ ਹੈ ਕਿ ਇਹਨਾਂ ਸਾਰੀਆਂ ਜੋ ਆਪ ਜੀ ਨੇ ਚੀਜ਼ਾਂ ਸਰਵਣ ਕੀਤੀਆਂ ਨੇ, ਇਹਨਾਂ ਦੀ ਗਿਣਤੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਜਿਹੜੀਆਂ ਕੜੀਆਂ ਪੈਂਦੀਆਂ ਨੇ ਇਹਨਾਂ ਦੀ ਵੀ ਗਿਣਤੀ ਹੋ ਜਾਵੇ, ਬਸੰਤ ਰੁੱਤ ਦੇ ਫੁੱਲ ਵੀ ਗਿਣੇ ਜਾਣ। ਉਹ ਕਿਵੇਂ ਜੇਕਰ ਸ਼ਿਵ ਜੀ ਮਹਾਰਾਜ ਜੀ ਵਾਂਗ ਕੋਈ ਮੂਰਤ ਸਮਾਧੀ ਲਾ ਕੇ ਬੈਠ ਜਾਵੇ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਹਿੰਦੇ ਪੂਰਨ ਸਮਾਧੀ ਲਾ ਕੇ ਗਿਣਿਆ ਜਾ ਸਕਦਾ ਹੈ। ਪਰ ਇਹ ਗੁਰੂ ਅਮਰਦਾਸ ਜੀ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ, ਤੁਹਾਡੇ ਵਿੱਚ ਇੰਨੇ ਗੁਣ ਨੇ ਗੁਰੂ ਅਮਰਦਾਸ ਜੀ ਮਹਾਰਾਜ, ਜੇਕਰ ਕੋਈ ਚਾਹੇ ਤੁਹਾਡੇ ਗੁਣਾਂ ਦਾ ਕੋਈ ਅੰਤ ਪਾ ਲਵੇ ਤੇ ਪਾ ਨਹੀਂ ਸਕਦਾ ਕੋ ਸਤਨਾਮ ਸ੍ਰੀ ਵਾਹਿਗੁਰੂ। ਇਹ ਚੰਦਰਮਾ, ਇਹ ਸੂਰਜ, ਇਹ ਪਰਮਾਤਮਾ ਦੇ ਪੈਰ ਵਿੱਚ ਨੇ, ਇਹਨਾਂ ਦੀਆਂ ਕਿਰਨਾਂ ਵੀ ਗਿਣੀਆਂ ਜਾ ਸਕਦੀਆਂ ਨੇ ਕੋਈ ਪੂਰਨ ਬ੍ਰਹਮ ਗਿਆਨੀ ਸਮਾਧੀ ਲਾ ਕੇ ਬਹਿ ਜਾਵੇ। ਪਰ ਗੁਰੂ ਅਮਰਦਾਸ ਜੀ ਮਹਾਰਾਜ, ਤੁਹਾਡੇ ਵਿੱਚ ਇੰਨੇ ਗੁਣ ਨੇ, ਤੁਹਾਡੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਤੁਹਾਡੀ ਸ਼ੋਭਾ ਤੁਹਾਡੀ ਉਪਮਾ ਤੁਹਾਨੂੰ ਹੀ ਫਲਦੀ ਹੈ। ਉਸ ਗੁਰੂ ਦੇ ਘਰ ਪਿਆਰਿਓ ਬੀਬੀ ਭਾਨੀ ਜੀ ਦਾ ਜਨਮ ਹੁੰਦਾ ਹੈ 1535 ਈਸਵੀ। ਬੜੀ ਸੇਵਾ ਕਰਦੇ ਨੇ ਗੁਰੂ ਮਹਾਰਾਜ ਜੀ ਦੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਸਮੇਂ ਗੁਰੂ ਅਮਰਦਾਸ ਜੀ ਮਹਾਰਾਜ ਬਿਰਧ ਅਵਸਥਾ ਦੇ ਵਿੱਚ ਨੇ, ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਬੜੀ ਸੇਵਾ ਕਰਦੇ ਨੇ। ਟੁੱਟ ਗਿਆ ਜਦੋਂ ਬਾਬਾ ਟੁੱਟਾ, ਬਾਬਾ ਟੁੱਟਿਆ ਸੀ, ਜੇਕਰ ਮੇਰੇ ਪਿਤਾ ਜੀ ਇਸ ਪੀੜ੍ਹੀ ਤੋਂ ਡਿੱਗ ਪਏ, ਬਿਰਧ ਅਵਸਥਾ ਹੈ, ਇਹਨਾਂ ਦੇ ਸੱਟ ਲੱਗ ਜਾਂਦੇ ਸੀ। ਬੀਬੀ ਗੁਰੂ ਪਿਤਾ ਜੀ ਦੇ ਪਿਆਰ ਦੇ ਵਿੱਚ ਇਸ਼ਨਾਨ ਕਰਵਾਈ ਜਾ ਰਹੇ ਨੇ। ਜਿਸ ਸਮੇਂ ਜਾਣਦੇ ਵਿੱਚ ਪਿਆਰਿਓ ਜਿਹੜਾ ਪੈਰ ਦੇ ਵਿੱਚੋਂ ਖੂਨ ਨਿਕਲ ਰਿਹਾ ਨਾ, ਉਹ ਪਾਣੀ ਵਿੱਚ ਵਗ ਰਿਹਾ ਹੈ। ਲਾਲ ਕਿਉਂ ਹੈ? ਕਹਿੰਦੇ ਪਿਤਾ ਜੀ ਟੁੱਟ ਗਿਆ ਸੀ, ਮੈਂ ਆਪਣਾ ਪੈਰ ਹੇਠਾਂ ਕਰ ਦਿੱਤਾ ਹੈ। ਕੋਈ ਗੱਲ ਨਹੀਂ ਪਿਤਾ ਜੀ, ਤੁਸੀਂ ਇਸ਼ਨਾਨ ਕਰੋ। ਉਸ ਸਮੇਂ ਪਿਆਰਿਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਸ਼ਨਾਨ ਦੇ ਬੱਚੀ, ਅੱਜ ਗੁਰੂ ਦੇ ਦਰ ਤੋਂ ਜੋ ਵੀ ਮੰਗੇਗੀ ਉਹ ਮਿਲੇਗਾ। ਪਿਤਾ ਜੀ ਕਿਰਪਾ ਕਰੋ, ਜੇਕਰ ਤੁੱਠੇ ਹੋ ਨਾਮ ਦੀ ਦਾਤ ਝੋਲੀ ਵਿੱਚ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸਭ ਤੋਂ ਉੱਤਮ ਹੈ ਪਿਆਰਿਓ ਨਾਮ ਦੀ ਦਾਤ। ਜਿਸ ਜੀਵ ਦੇ ਕੋਲ ਨਾਮ ਦੀ ਦਾਤ, ਜਿਸ ਜੀਵ ਦੀ ਝੋਲੀ ਦੇ ਵਿੱਚ ਨਾਮ ਦੀ। ਬੀਬੀ ਭਾਨੀ ਜੀ ਕਹਿ ਰਹੇ ਨੇ, ਪਿਤਾ ਜੀ ਨਾਮ ਦੀ ਦਾਤ ਬਖਸ਼ਿਸ਼ ਕਰੋ,
ਅਤੇ ਜੇਕਰ ਤੁਠੇ ਹੀ ਹੋ ਨਾ ਕਿਰਪਾ ਕਰ ਦਿਓ ਇਹ ਜਿਹੜੀ ਗੁਰੂ ਵੰਸ਼ ਹੈ ਨਾ ਇਹ ਪਰਿਵਾਰ ਵਿੱਚ ਹੀ ਰਹਿ ਜਾਵੇ। ਉਸ ਸਮੇਂ ਪਿਆਰਿਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਬਚਨ ਕਰ ਰਹੇ ਨੇ ਪ੍ਰਵਾਨ ਹੋਈ ਹੈ ਪਿਆਰਿਓ ਉਹ ਬੀਬੀ ਭਾਨੀ ਜੀ ਜਿਨ੍ਹਾਂ ਨੇ ਇੰਨੀ ਕਠਿਨ ਤਪੱਸਿਆ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਪੈਦਾ ਹੁੰਦੇ ਨੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਘਰ ਹੀ ਪਿਆਰਿਓ ਪਤੀ ਵੀ ਗੁਰੂ ਨੇ ਪੁੱਤਰ ਵੀ ਗੁਰੂ ਨੇ ਪੋਤਰੇ ਵੀ ਗੁਰੂ ਨੇ ਤੇ ਪੜਪੋਤਰੇ ਵੀ ਗੁਰੂ ਨੇ। ਐਸੀ ਮਹਾਨ ਸ਼ਖਸੀਅਤ ਇਤਿਹਾਸ ਵਿੱਚ ਪਿਆਰਿਓ ਐਸਾ ਜ਼ਿਕਰ ਮਿਲਦਾ ਨਹੀਂ। ਬੀਬੀ ਭਾਨੀ ਜੀ ਉਹ ਸ਼ਖਸੀਅਤ ਜਿਨ੍ਹਾਂ ਨੇ ਕਿ ਸੇਵਾ ਸਿਮਰਨ ਕਰਕੇ ਪਿਆਰਿਓ ਮਾਣ ਹਾਸਲ ਕੀਤਾ। ਮੇਰ ਦਰਿਆ ਹੱਥ ਰੱਖਣ ਸੇਵਾ ਸਿਮਰਨ ਦੀ ਦਾਤ ਦੇ ਨਾਲ ਨਿਵਾਜਣ ਬੱਚੀ ਨੂੰ ਤਰੱਕੀਆਂ ਬਖਸ਼ਿਸ਼ ਕਰਨ ਚੰਗੇ ਸੰਸਕਾਰਾਂ ਵਿੱਚ ਪਾਲਣਾ ਪੋਸ਼ਣਾ ਹੋਵੇ ਅਤੇ ਸਾਰਾ ਹੀ ਪਰਿਵਾਰ ਵੱਡਾ ਭਾਗੀ ਹੈ ਜਿਨ੍ਹਾਂ ਨੇ ਇਹ ਉੱਦਮ ਉਪਰਾਲਾ ਕੀਤਾ ਹੈ। ਪਿਆਰਿਓ ਆਪਾਂ ਵੀ ਸੰਸਾਰੀ ਹਾਂ ਅਤੇ ਆਪਾਂ ਵੀ ਇਹ ਉੱਦਮ ਜੋ ਸੇਵਕ ਪਰਿਵਾਰ ਨੇ ਕੀਤਾ ਹੈ ਅਤੇ ਸਾਡੇ ਵਾਸਤੇ ਇਹ ਬੜੀ ਸਿੱਖਿਆਦਾਇਕ ਪ੍ਰੇਰਨਾ ਹੈ ਕਿ ਅਸੀਂ ਵੀ ਘਰ ਦੇ ਵਿੱਚ ਜਦੋਂ ਬੱਚੀ ਦਾ ਜਨਮ ਹੁੰਦਾ ਹੈ ਅਤੇ ਜਿਸ ਤਰ੍ਹਾਂ ਆਪਾਂ ਬੱਚਿਆਂ ਦੀਆਂ ਖੁਸ਼ੀਆਂ ਕਰਦੇ ਹਾਂ ਅਤੇ ਬੱਚਿਆਂ ਦੀਆਂ ਵੀ ਇੱਦਾਂ ਹੀ ਖੁਸ਼ੀਆਂ ਕਰਿਆ ਕਰੀਏ। ਆਓ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਗੁਣਾਂ ਨੂੰ ਗਾਈਏ। ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੇ ਵਿੱਚ ਇੰਨੇ ਗੁਣ ਕਿ ਦੁਨੀਆਂ ਦੇ ਸਾਰੇ ਹੀ ਪਦਾਰਥ ਗਿਣੇ ਜਾ ਸਕਦੇ ਨੇ ਪਰ ਤੁਹਾਡੇ ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ। ਆਓ ਅੰਤਰੀਆਂ ਪੰਕਤੀਆਂ ਸਰਵਣ ਕਰਨ ਦਾ ਯਤਨ ਕਰੀਏ। ਬੀਬੀ ਭਾਨੀ ਜੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੇ ਇੱਕ ਸੇਵਕ ਆਉਂਦਾ ਹੈ ਬਾਬਾ ਆਦਮ। ਘਰ ਦੇ ਵਿੱਚ ਔਲਾਦ ਨਹੀਂ ਉਮਰ ਵਡੇਰੀ ਹੈ ਪਰ ਜਦੋਂ ਗੁਰੂ ਦੇ ਦਰ ਤੇ ਪਿਆਰਿਓ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸੇਵਾ ਕੀਤੀ ਤੇ ਉਸ ਸਿੱਖ ਦੀ ਅਰਦਾਸ ਬੇਨਤੀ ਪ੍ਰਵਾਨ ਹੋਈ ਤੇ ਘਰ ਦੇ ਵਿੱਚ ਪਿਆਰਿਓ ਗੁਰੂ
ਰਾਮਦਾਸ ਜੀ ਮਹਾਰਾਜ ਕਹਿ ਰਹੇ ਸਨ ਕਿ ਸਾਡੇ ਘਰ ਚਾਰ ਪੁੱਤਰਾਂ ਨੇ ਜਨਮ ਲੈਣਾ ਸੀ, ਅੱਜ ਅਸੀਂ ਆਪਣਾ ਇੱਕ ਪੁੱਤਰ ਤੁਹਾਨੂੰ ਬਖਸ਼ਿਸ਼ ਕਰਦੇ ਹਾਂ। ਉਸ ਦਾ ਨਾਮ ਤੁਸੀਂ ਭਗਤੂ ਰੱਖਣਾ ਹੈ, ਬੜੀ ਭਗਤੀ ਵਾਲਾ, ਬੜੀ ਸ਼ਕਤੀ ਵਾਲਾ ਉਹ ਤੁਹਾਡਾ ਪੁੱਤਰ ਹੋਵੇਗਾ। ਉਹਨੇ ਗੁਰੂ ਰਾਮਦਾਸ ਜੀ ਮਹਾਰਾਜ, ਬੀਬੀ ਭਾਨੀ ਜੀ, ਜਿਹੜੇ ਕਿ ਬਾਬਾ ਆਦਮ ਜੀ ਨੂੰ ਸੇਵਾ ਤੋਂ ਖੁਸ਼ ਹੋ ਕੇ ਪਿਆਰਿਓ ਐਸੀਆਂ ਦਾਤਾਂ ਬਖਸ਼ਿਸ਼ ਕਰਦੇ, ਉਹ ਵੰਸ਼ ਪਿਆਰਿਓ ਅਗਾਂਹ ਗੁਰੂ ਘਰ ਦੇ ਨਾਲ ਜੁੜੀ ਰਹੀ। ਗੁਰੂ ਗੋਬਿੰਦ ਸਿੰਘ ਜੀ ਤੱਕ ਵੀ ਪਿਆਰਿਓ ਉਹਨਾਂ ਵੰਸ਼ ਨੇ ਗੁਰੂ ਜੀ ਦਾ ਸਾਥ ਦਿੱਤਾ। ਸੋ ਇਹ ਗੁਰੂ ਦੀਆਂ ਵਡਿਆਈਆਂ, ਗੁਰੂ ਦੀਆਂ ਬਖਸ਼ਿਸ਼ਾਂ। ਸੋ ਬੀਬੀ ਭਾਨੀ ਜੀ ਨੇ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਉਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਪੂਤਾ ਮਾਤਾ ਕੀ ਅਸੀਸ। ਅਸੀਸ ਕੀ ਹੈ? ਪਿਤਾ ਮਾਤਾ ਦੀ ਕੀ ਅਸੀਸ ਕਿ ਤੈਨੂੰ ਇਹ ਬੱਚੇ ਇੱਕ ਨਿਮਖ ਜਿੰਨਾ ਵੀ ਤੈਨੂੰ ਪ੍ਰਮਾਤਮਾ ਵਿਸਰੇ ਨਾ। ਇਹ ਹੈ ਅਸੀਸ। ਇਹ ਅਸੀਸ ਕਿੰਨੇ ਬਖਸ਼ਿਸ਼ ਕੀਤੀ? ਬੀਬੀ ਭਾਨੀ ਜੀ ਨੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੇ ਉਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ। ਸੋ ਆਓ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾਈ ਹੈ, ਇਤਿਹਾਸ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ, ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਭੈਣ ਜੀ ਬੀਬੀ ਅਮਨ ਸਹੋਤਾ ਜੀ, ਸਿਮਰਨ ਸਹੋਤਾ ਜੀ, ਉਹਨਾਂ ਦੇ ਆਪ ਜੀ ਜੋ ਕਿ ਸੌਂਗ ਆਪ ਜੀ ਯੂਟਿਊਬ ਤੇ ਵੀ ਸਰਵਣ ਕਰਦੇ ਹੋ, ਆਓ ਉਹਨਾਂ ਦੇ ਕੋਲੋਂ ਇੱਕ ਸ਼ਬਦ ਦੀ ਹਾਜ਼ਰੀ, ਇੱਕ ਕਵਿਤਾ ਸ਼ਬਦ ਹਾਜ਼ਰੀ ਆਪ ਜੀ ਨੇ ਸਰਵਣ ਕਰਨੀ ਹੈ। ਸੋ ਦੱਸ ਰਿਹਾ ਕਲੋ ਕੀਰਤਨ ਦੀ ਸਾਂਝ ਪਾਉਂਦਿਆਂ ਤੋਂ ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਰੱਬ ਨੂੰ ਸੰਗਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋ ਤੁਹਾਨੂੰ ਬਖਸ਼ਣ ਲੈਣਾ ਜੀ। ਆਓ ਭੈਣ ਜੀ ਕੋਲੋਂ ਆਪਾਂ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੀਸ ਪਿਤਾ ਦਾ ਜੇਤੇ ਜੀ, ਸੀਸ ਪਿਤਾ ਦਾ ਜੇਤੇ ਜੀ, ਜਦ ਮਾਂ ਦੀ ਝੋਲੀ ਪਾਇਆ। ਸੀਸ ਪਿਤਾ ਦਾ ਜੇਤੇ ਜੀ, ਜਦ ਮਾਂ ਦੀ ਝੋਲੀ ਪਾਇਆ। ਧਰਮ ਲਈ ਹੋਏ ਸ਼ਹੀਦ ਪਤੀ ਰੇ, ਸੀਸ ਨੂੰ ਸੀਸ ਨਵਾਇਆ ਏ। ਧਰਮ ਲਈ ਹੋਏ ਸ਼ਹੀਦ ਪਤੀ ਦੇ, ਸੀਸ ਨੂੰ ਸੀਸ ਨਵਾਇਆ ਏ। ਸੀਸ ਪਿਤਾ ਦਾ ਜੇਤੇ ਜੀ, ਮਾਂ ਗੁਜਰੀ ਏਦਾਂ ਕਹਿਣ ਲੱਗੇ, ਧੰਨ ਤੂੰ ਤੇ ਤੇਰਾ ਜੇਰਾ ਏ। ਮਾਂ ਗੁਜਰੀ
ਸੀਸ ਲਿਆਇਓ ਸ਼ੇਰਾਏ ਤੂੰ ਜ਼ੁਲਮ ਦੀਆਂ ਤਲਵਾਰਾਂ ਚੋਂ ਚੱਕ ਸੀਸ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆਏ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਗੁਜਰੀ ਤੱਕ ਸੀਸ ਗੁਰਾਂ ਦਾ ਭਰਿਆ ਨਵਾਂ ਹੁੰਗਾਰਾ ਜੈਸੇ ਤੂੰ ਵੱਧ ਕੇ ਗੋਬਿੰਦੇ ਪਿਆਰਾ ਮਾਂ ਗੁਜਰੀ ਤੱਕ ਸੀਸ ਗੁਰਾਂ ਦਾ ਭਰਿਆ ਨਵਾਂ ਹੁੰਗਾਰਾ ਜੈਤੇ ਤੋਂ ਵੱਜ ਕੇ ਗੋਬਿੰਦ ਗੋਬਿੰਦ ਤੋਂ ਜੈਤਾ ਪਿਆਰਾ ਰੰਗ ਰੇਟਾ ਗੁਰੂ ਦਾ ਬਣ ਬੇਟਾ ਰੰਗ ਰੇਟਾ ਗੁਰੂ ਦਾ ਬਣ ਬੇਟਾ ਜੈਤੇ ਤੂੰ ਅੱਜ ਵਿਖਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਧਰਮ ਲਈ ਹੋਏ ਸ਼ਹੀਦ ਪਤੀ ਨੇ ਸੀਸ ਨੂੰ ਸੀਸ ਨਵਾਇਆ ਸੀਸ ਪਿਤਾ ਦਾ ਜੈਤੇ ਜੀ ਫਿਰ ਆਪਣੇ ਆਪ ਨੂੰ ਕਹਿਣ ਲੱਗੀ ਮੇਰੇ ਲਈ ਸਿੱਖੀ ਗਹਿਣਾ ਪਹਿਲਾ ਇਮਤਿਹਾਨ ਮੇਰਾ ਪਹਿਲਾ ਇਮਤਿਹਾਨ ਮੇਰਾ ਲਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਚਿਹਰੇ ਤੇ ਰੰਗ ਸਬਰਦਾ ਕੁਰਬਾਨ ਹੋਏ ਸਿਰਤਾਜ ਮੇਰੇ ਕੁਰਬਾਨ ਹੋਏ ਸਿਰਤਾਜ ਮੇਰੇ ਹੋਇਆ ਕਤਲੇ ਆਮ ਜ਼ਬਰਦਾ ਜ਼ੁਲਮਾਂ ਦੇ ਭਾਂਬੜ ਮੱਚਦਿਆਂ ਤੇ ਜ਼ੁਲਮਾਂ ਦੇ ਭਾਂਬੜ ਮੱਚਦਿਆਂ ਤੇ ਅਮਰਾਂ ਦਾ ਛਿੱਟਾ ਪਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਸੀਸ ਪਿਤਾ ਪੰਡਿਤਾਂ ਦੀ ਸੁਣ ਫਰਿਆਦ ਤੁਰੇ ਪੰਡਿਤਾਂ ਦੀ ਸੁਣ ਫਰਿਆਦ ਤੁਰੇ ਹਿੰਦੂਆਂ ਦਾ ਧਰਮ ਬਚਾਵਣ ਲਈ ਇਹ ਸੀਸ ਮੇਰੇ ਜਿਸ
ਸਾਹਿਬ ਦਾਏ ਉਹਨੇ ਦਿੱਤਾ ਹਿੰਦ ਦੀ ਸ਼ਾਨ ਲਈ ਪੰਡਤਾਂ ਦੀ ਸੁਣ ਫਰਿਆਦ ਤੁਰੇ ਪੰਡਤਾਂ ਦੀ ਸੁਣ ਫਰਿਆਦ ਤੁਰੇ ਹਿੰਦੂਆਂ ਦਾ ਧਰਮ ਬਚਾਉਣ ਲਈ ਉਹਨੇ ਦਿੱਤਾ ਹਿੰਦ ਦੀ ਸ਼ਾਨ ਲਈ ਇਹ ਸੀਸ ਮੇਰੇ ਜਿਸ ਸਾਹਿਬ ਦਾਏ ਉਹਨਾਂ ਦਿੱਤਾ ਹਿੰਦ ਦੀ ਸ਼ਾਨ ਲਈ ਕੁਰਬਾਨੀ ਉਹਦੀ ਕੁਰਬਾਨੀ ਤੋਂ ਕੁਰਬਾਨੀ ਉਹਦੀ ਕੁਰਬਾਨੀ ਤੋਂ ਕੁਰਬਾਨੀ ਉਹਦੀ ਕੁਰਬਾਨੀ ਤੋਂ ਪੰਛੀ ਨੇ ਸੱਚ ਸੁਣਾਇਆ ਏ ਧਰਮ ਕੀ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਏ ਧਰਮ ਕੀ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਮਾਂ ਦੀ ਝੋਲੀ ਪਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਧਰਮ ਲਈ ਹੋਏ ਸ਼ਹੀਦ ਪਤੀ ਦੇ ਸੀਸ ਨੂੰ ਸੀਸ ਨਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਡੇ ਜਿੰਨੀ ਵੀ ਸੰਗਤ ਹੈ ਸਾਡੇ ਆਪਣੇ ਆ ਮੇਰੇ ਭੈਣ ਭਰਾ ਨੇ ਮੇਰੀਆਂ ਚਾਚੀਆਂ ਮਾਮੀਆਂ ਤਾਈਆਂ ਸਾਰੇ ਜਿੰਨੀ ਵੀ ਸਾਰੀ ਸੰਗਤ ਹੈ ਅਸੀਂ ਸਾਰਾ ਪਰਿਵਾਰ ਹੱਥ ਜੋੜ ਕੇ ਸ਼ੁਕਰੀਆ ਅਦਾ ਕਰਦੇ ਹਾਂ ਧੰਨਵਾਦ ਕਰਦੇ ਹਾਂ ਤੁਸੀਂ ਸਾਡੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਏ ਹੋ ਅਤੇ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ। ਕਹਿੰਦੇ ਨੇ ਕਿਸੇ ਦੀਆਂ ਖੁਸ਼ੀਆਂ ਦੇ ਵਿੱਚ ਹਾਜ਼ਰ ਹੋਣਾ ਜਾਂ ਕਿਸੇ ਦੇ ਦੁੱਖ ਵਿੱਚ ਹਾਜ਼ਰ ਹੋਣਾ ਤਾਂ ਪਰਮਾਤਮਾ ਸਭ ਦੇਖਦਾ ਹੁੰਦਾ। ਸੋ ਤੁਸੀਂ ਸਾਰਿਆਂ ਨੇ ਅੱਜ ਸਾਬਤ ਕਰਤਾ ਕਿ ਤੁਸੀਂ ਸਾਰੇ ਪਿਆਰ ਕਰਦੇ ਹੋ, ਅਸੀਂ ਫਿਰ ਤੋਂ ਧੰਨਵਾਦ ਕਰਦੇ ਹਾਂ। ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਕਿ ਗੁਰੂ ਸਾਹਿਬ ਨੇ ਸਾਡੇ ਘਰ ਚਰਨ ਪਾਏ ਨੇ, ਗਰੀਬਾਂ ਦੇ ਘਰ 'ਚ ਦਰਸ਼ਨ ਦਿੱਤੇ ਨੇ ਬਾਬਾ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੈਤਾ ਜੀ ਨੇ ਬੜੀ ਦਲੇਰੀ ਦੇ ਨਾਲ ਗੁਰੂ ਦੇ ਪਿਆਰ ਦੇ ਵਿੱਚ ਪਿਆਰਿਓ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੀਸ ਆਪਣੀ ਬੁੱਕਲ ਦੇ ਵਿੱਚ ਲੈ ਕੇ ਪੜਾਅ ਦਰ ਪੜਾਅ ਤੁਰ ਕੇ ਪਿਆਰਿਓ। ਅੱਜ ਦਾ ਸਮਾਂ ਨਹੀਂ, ਤੁਰ ਕੇ ਅਨੰਦਪੁਰ ਸਾਹਿਬ ਪਹੁੰਚਦੇ ਪੜਾਅ ਦਰ ਪੜਾਅ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆਪਣੇ ਸੀਨੇ ਦੇ ਨਾਲ ਲਾ ਕੇ ਕਹਿੰਦੇ ਨੇ ਰੰਗ ਰੇਟਾ ਗੁਰੂ ਕਾ ਬੇਟਾ। ਉਹ ਬਾਬਾ ਜੀਵਨ ਜੀ ਜਿਨ੍ਹਾਂ ਦੇ ਕਿ ਆਪ ਜੀ ਨੇ
ਕਵਿਤਾ ਨੂੰ ਸਰਵਣ ਕੀਤਾ ਹੈ। ਸੋ ਬਹੁਤ ਬਹੁਤ ਧੰਨਵਾਦ ਹੈ ਜੀ। ਸੇਵਕ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਆਏ ਨੇ, ਗ੍ਰਹਿ ਪਵਿੱਤਰ ਕੀਤਾ। ਆਓ ਸਾਰੀ ਸੰਗਤ ਮਿਲ ਕਰਕੇ ਅਨੰਦ ਸਾਹਿਬ ਜੀ ਦੇ ਜਾਪ ਦੇ ਨਾਲ ਜੁੜੀਏ ਅਤੇ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਕੇ ਅਰਦਾਸਾਂ ਕਰੀਏ ਕਿ ਪਾਤਸ਼ਾਹ ਜੀ ਕਿਰਪਾ ਕਰੋ, ਬੱਚੀ ਗੁਰਮਾਨ ਕੌਰ ਤੇ ਮੇਰ ਪਿਆਰ ਰੱਖਿਓ, ਚੜ੍ਹਦੀ ਕਲਾ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਿਓ। ਆਓ ਸਾਰੀ ਸੰਗਤ ਅਨੰਦ ਸਾਹਿਬ ਜੀ ਦੇ ਜਾਪ ਦੇ ਨਾਲ ਜੁੜਨਾ ਕਰੀਏ। ਰਾਮ ਕਲੀ ਮਹਲਾ ਤੀਜਾ, ਅਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ, ਗੁਰਤਾਂ ਪਾਇਆ ਸਹਿ ਸੇ ਤੀ ਮਨ ਮਚੀਆਂ ਵਾਦਾਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਬਾਤ ਕਰੋ।
ਵਾਹਿਗੁਰੂ ਤੋਂ ਠਾਕ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਦੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਠੈ ਸਾਧੂ ਜਾਇ ਤੇਗ ਬਹਾਦਰ ਸਿਮਰੇ ਕਰਨੋ ਦਿਆ ਵੈ ਧਾਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਥੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਡਿੱਟ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸੁਣੀਆਂ ਨੇ ਧਰਮ ਹੇਤਾ ਸੀਤ ਤੇ ਬੰਦ ਬੰਦ ਕਟਾਏ ਟੋਪਰੀਆਂ ਲੁਹਾਈਆਂ ਚਰਕਣੀਆਂ ਤੇ ਚੜੇ ਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤੇ ਆਵੈ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਾ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਨੇ ਸੇਵਕ ਪਰਿਵਾਰ ਨੂੰ ਸੁਭਾਗੇ ਸਮੇਂ ਖੁਸ਼ੀਆਂ ਭਰੇ ਸਮੇਂ ਬਖਸ਼ਿਸ਼ ਕੀਤੇ ਪਾਤਸ਼ਾਹ ਜੀਓ ਆਪ ਜੀ ਦਾ ਪਾਵਨ ਮੁੱਖ ਵਾਕ ਦਾ ਭਜੋ ਜਗਦੀਸ਼ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਨਿਮ ਕੇ ਕਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਂ ਵਾਕੰਸ
ਬੱਚੇ ਦੀ ਲੋਹੜੀ ਮਨਾਉਂਦੇ ਹੋਏ ਪਾਤਸ਼ਾਹ ਜੀ ਉਹ ਆਪ ਜੀ ਦੇ ਮੁਬਾਰਕ ਚਰਨ ਸੇਵਕ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਪਵਾ ਕਰਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਇਲਾਹੀ ਗੁਰਬਾਣੀ ਦੇ ਕੀਰਤਨ ਕਰਵਾਏ। ਸਤਿਗੁਰ ਜੀ ਉਹ ਇੰਨੇ ਸਮੇਂ ਅੰਦਰ ਆਪ ਜੀ ਦੀ ਇਲਾਹੀ ਬਾਣੀ ਦੇ ਜਾਪ ਕਰਦਿਆਂ ਤੋਂ ਗੁਰਬਾਣੀ ਦੇ ਕੀਰਤਨ ਕਰਦਿਆਂ ਤੋਂ ਇਤਿਹਾਸ ਦੀ ਵਿਚਾਰ ਕਰਦਿਆਂ ਤੋਂ ਬੇਅੰਤ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸਤਿਗੁਰ ਜੀ ਉਹ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨੀਆਂ ਨਾ ਦੁਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਪੜ੍ਹਨ ਦਾ ਸੁਣਨ ਦਾ ਬਾਲ ਉਦਮ ਬਖਸ਼ਿਸ਼ ਕਰਨਾ। ਸਤਿਗੁਰ ਜੀ ਉਹ ਬੱਚੀ ਅਨਮਾਨ ਤੌਰ ਤੇ ਮਿਹਰ ਬਰਿਆਤ ਰੱਖਣਾ। ਸਤਿਗੁਰ ਜੀ ਉਹ ਬੱਚੀ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਦੀ ਦਾਤ ਦੇਹ ਰੋਗ ਦਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀ ਉਹ ਲੰਮੀ ਲੰਮੀ ਆਰਜਾ ਬਖਸ਼ਿਸ਼ ਕਰਨੀ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਸਤਿਗੁਰ ਜੀ ਉਹ ਮਾਪਿਆਂ ਦੇ ਆਗਿਆਕਾਰ ਬਣਾਉਣਾ ਆਉਣ ਵਾਲੇ ਸਮੇਂ ਸੁੱਖਾਂ ਦੇ ਬਤੀਤ ਕਰਾਉਣੇ ਸਾਰੇ ਹੀ ਪਰਿਵਾਰ ਤੇ ਮਿਹਰ ਬਰਿਆਤ ਰੱਖਣਾ ਦਰੋਂ ਘਰੋਂ ਚੜ੍ਹਦੀ ਕਲਾ ਕਿਰਤ ਕਮਾਈਆਂ ਚ ਵਾਧੇ ਪਾਉਣੇ ਕਾਰੋਬਾਰਾਂ ਤਰੱਕੀਆਂ ਬਖਸ਼ਿਸ਼ ਕਰਨੀਆਂ ਬੱਚੇ ਬੱਚੀਆਂ ਤੇ ਮਿਹਰ ਬਰਿਆਤ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਵਰਤਾਉਣੀ। ਪਾਤਸ਼ਾਹ ਜੀ ਉਹ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸਤਿਗੁਰ ਜੀ ਉਹ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਆਪ ਜੀ ਨੂੰ ਸੁੰਦਰ ਪਛਾਕੇ ਭੇਟਾ ਕੀਤੇ ਗਏ ਆਪ ਜੀ ਨੂੰ ਸ਼ੋਭ ਨੀਕ ਹੋ ਰਹੇ ਹਨ। ਸੇਵਕ ਪਰਿਵਾਰ ਦੇ ਲੋਕ ਪਰਲੋਕ ਦੇਸ ਪਰਦੇਸ ਮੁੱਖ ਉਜਲੇ ਕਰਨੇ ਦਾਸਾਂ ਦੇ ਪੜਦੇ ਕੱਜਣੇ ਸਤਿਗੁਰ ਜੀ ਉਹ ਬਖਸ਼ੇ ਖਜ਼ਾਨਿਆਂ ਚੋਂ ਬੇਅੰਤ ਮਾਇਆ ਹਾਜ਼ਰ ਹੋਈ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਈ ਸੋ ਖਜ਼ਾਨੇ ਭਰਪੂਰ ਕਰਨੇ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ। ਸਤਿਗੁਰ ਜੀ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੇਵਕ ਪਰਿਵਾਰ ਵੱਲੋਂ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੋਈ ਹੈ। ਭੋਗ ਲਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਪਾਤਸ਼ਾਹ ਜੀ ਉਹ ਦੂਰੋਂ ਨੇੜਿਓਂ ਚੱਲ ਕਰਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਭਾਵ ਤਿਲ ਪੁਰ ਭੇਟਾਵਾਂ ਦਰ ਪ੍ਰਭਾਵ ਕਰਨੀਆਂ। ਸਤਿਗੁਰ ਜੀ ਇਸ ਵਕਤ ਦੀਵਾਨ ਦੀ ਸਮਾਪਤੀ ਹੈ ਕਿਰਪਾ ਕਰੋ ਸਾਰੀ ਸੰਗਤ ਨੂੰ ਇਲਾਹੀ ਹੁਕਮ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਦਾ ਕਲਾ। ਦੋਰਾ ਗਿਆਨਿਓ ਗੁਰ ਪਾਰੇ ਉਤਾਰਣ ਬੋਲੇ ਚੇਤਨ ਹੋਇਆ ਨਗਨ ਨੀਤਾ
ਜੇ ਤਰਸ ਵੇ ਕਦ ਪਸੀਦੀਦਾਰ ਸੱਜਣ ਸੱਚਾ ਪਾਤਸ਼ਾਹ ਸਰਸ਼ਾਂ ਵੈਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੈਸਾ ਸਤਨਾ
ਪਿਆਰੀ ਮੇਲ ਜਿੰਨਾ ਮਿਲਿਆ ਆਪ ਜੀ ਦੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਸੋ ਨਿਹਾਲ ਕੀ
ਸਾਡੇ ਬਦਲ ਨਸੀਬਾਂ ਨੂੰ
ਜਿਹੜਾ ਕੁਰਸੀ ਉਰੇ ਕਰਦੇ ਮਾੜੀ ਜੀ, ਕੁਰਸੀ ਇੱਧਰ ਨੂੰ ਕਰਦੇ ਆ ਜਿਹੜੀ ਖਾਲੀ। ਕਿੰਨਾ ਮੇਰਾ ਸੇ ਕੀ ਮੈਂ ਚੁੱਪਾ ਵਾਟੇਗਾ ਤੇ ਕਿੰਨੇ
Oh,
Oh,
ਬਣਾਵਾ
ਇਹ ਮੈਂ ਆਪਣੇ ਨਗਰ ਖੇੜੇ ਵਿੱਚ ਆਈ ਹੋਈ ਹਾਂ। ਰੱਬ ਦੀ ਦਾਤ ਬਖਸ਼ੀ ਸੀਗੀ ਬੱਚੇ ਦੀ, ਇਸ ਬੱਚੇ ਦੀ ਖੁਸ਼ੀ ਵਿੱਚ ਮੈਂ ਇੱਥੇ ਆਈ ਹੋਈ ਹਾਂ। ਵਧਾਈ ਲੈਣ ਬੱਚੇ ਦੀ, ਇਸ ਗੁਰਮਾਨ ਦੀ ਮਾਲਕ ਬੜੀ ਬੜੀ ਉਮਰ ਬਖਸ਼ੇ, ਜਿਹੜੇ ਬੱਚਿਆਂ ਦੀ ਮੈਂ ਕਮਾਈ ਖਾਂਦੀ ਹਾਂ, ਬੱਚੇ ਦੇ ਮਾਲਕ ਤੰਦਰੁਸਤੀਆਂ ਦੇਵੇ, ਮੇਰੇ ਦੇਸਾਂ ਪਰਦੇਸਾਂ ਵਾਲੇ, ਮੇਰੇ ਕਮਾਉਣ ਵਾਲੇ, ਸਾਨੂੰ ਖਵਾਉਣ ਵਾਲੇ, ਮੈਂ ਜੱਗਾ ਪੁੱਤਰ ਆਦਿ ਰਹੇ। ਵਾਹਿਗੁਰੂ ਇਹਨਾਂ ਨੂੰ ਸਰਦਾਰੀਆਂ ਕਾਇਮ ਕਰੇ, ਬਖਸ਼ਿਆ ਕਰੇ, ਇਸ ਪਰਿਵਾਰ ਨੂੰ ਖੂਬ ਮੇਰ ਭਰਿਆ ਹੱਥ ਰੱਖੇ, ਇਲ ਬਲਾਵਾਂ ਦੂਰ ਕਰੇ, ਦੁੱਖ ਦਰਿੱਦਰ ਦੂਰ ਕਰੇ, ਕੋੜ ਕਲੰਕ ਕਲਾ ਕਲੇਸ਼ ਦੂਰ ਕਰੇ ਮਾਲਕ। ਮਨਸ ਮਤਿਆ ਪਾਸੀ ਤੇ ਗੁਰਮਾਨ ਕੌਰ ਦੀ ਲੋਹੜੀ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਚਲਦੀ ਫੜਾਓ, ਆਪਣੀ ਗੱਡੀ ਚਾੜ ਲੈ। ਰਮਨ ਦੂਜੀ ਕੁੜੀ ਨੂੰ ਕਹਿ ਆਪਣੇ ਅੱਗੇ ਆਓ, ਅੱਗੇ ਇੱਥੇ ਆਪੂਆ ਦਾ ਸੂਟ ਫੜ ਦਿੰਦਾ ਦਿੰਦਾ ਮੰਮੀ
ਸੂਟ ਮੰਮੀ ਦਾ ਲੈ ਕੇ ਚਲੋ ਜੀ ਮਾਣੇ ਦਾ ਮੂੰਹ ਕਰ ਨਾਸ਼ਾ ਕਰ ਨਾਸ਼ਾ ਕਰਦੀ ਬੁਖਾਰ ਹੀ ਨਾ ਬਗੈਰ ਬਾਬਾ ਨਾਨਕਾ ਤੇਰਾ ਯਾਰਾ ਕਿਸੇ ਨੇ ਨੀ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਯਾਰਾ ਕਿਸੇ ਨੇ ਨੀ ਤੋਲਿਆ ਉਹ ਸੱਚ ਝੂਠ ਦੀ ਕਚਹਿਰੀ ਵਿੱਚ ਹੋਈ ਸੁਣਵਾਈ ਉਹ ਸੱਚ ਝੂਠ ਦੀ ਕਚਹਿਰੀ ਵਿੱਚ ਹੋਈ ਸੁਣਵਾਈ ਜਾਕੇ ਨੀਵੀਆਂ ਉਹ ਭੱਜੇ ਜਿੰਨਾ ਤੋਂ ਮਤ ਲਗਾਈ ਉਹ ਬੱਚੇ ਨੀਵੀਆਂ ਬਾਕੇ ਜਿਨ੍ਹਾਂ ਕੋ ਮਤ ਲਗਾਈ ਸ਼ੇਰ ਸ਼ਰਮ ਦੇ ਮਾਰੇ ਝੁਕੇ ਸਭ ਦੇ ਉਹ ਸ਼ੇਰ ਸ਼ਰਮ ਦੇ ਮਾਰੇ ਝੁਕੇ ਸਭ ਦੇ ਨਾਨਕ ਖਲਾਵਤ ਛੋੜਿਆ ਉਹ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨੀ ਤੋਲਿਆ ਤੇਰੇ ਤੋਂ ਬੇਜਵੇਲ ਬੇਜਵੇਲ ਮੁੰਡੇ ਦੇ ਭਰਾ ਦੇ ਪਿਆਂ ਦੀ ਵੇਲ ਕੁੜੀ ਦੇ ਨਾਂ ਦੇ ਪਿਆਂ ਦੀ ਵੇਲ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨੀ ਇਹ ਹਿੰਦੀ ਦਾ ਸ਼ੇਰ ਵਾ
ਕਿਸੇ ਭਈਏ ਦਾ ਪੁੱਤ ਲੱਗਦਾ ਵਾ, ਹਿੰਦੀ ਬਹੁਤ ਜਾਣਦਾ ਵਾ। ਬਾਤ ਕਰ ਆ ਚਾਂਦਨਾ ਹੋਤੇ ਬਹੁਤ ਸਾਰੇ ਨਾ ਹੋਤੇ, ਆਸ਼ਕ ਨਾ ਹੋਤੇ ਆਖੋ ਕੇ ਨਜ਼ਾਰੇ ਨਾ ਹੋਤੇ, ਤੇਰੀ ਮਾਂ ਨਾ ਆਉਂਦੀ ਆਪਾਂ ਸਾਰੇ ਨਾ ਆਉਂਦੇ ਰਹਿੰਦੇ ਖਲੋਤੇ, ਅਰਸ਼ਾਂ ਤੋਂ ਡਿੱਗਣੇ ਸੀਗੇ ਹੋਰ ਕਰਨਾ ਮੈਂ ਕਹਿੰਦੇ, ਫੜ ਮੁੰਡੇ ਦੀਆਂ ਭੂਆ ਭੈਣਾਂ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਤੋਂ ਵੇਲਾਂ ਵੇਲਾਂ ਆਲੂਆਂ ਦੀਆਂ ਮੀਟਰ ਦੇ ਜੋੜ ਨਾਲ ਜੇਬਾਂ ਚ ਹੱਥ ਪਾਏ ਫੜ ਮੁੰਡੇ ਦੀ ਦਾਦੀ ਤੋਂ ਵਧਾਈ, ਉਹ ਪੇਟੀ ਚ ਬੜੀ ਹੋਈ ਹੈ ਵਧਾਈ ਕੱਢ ਕੇ ਲਿਆਉਣ, ਹੋਰ ਕਰਨਾ ਮੈਂ ਓਏ ਭੰਡ ਮੇਰੇ ਜੰਮਿਆ, ਮੇਰੀ ਤਾਈ ਬਾਹਰੋਂ ਆ ਗਈ ਅਬਰਾਹ ਚੋ, ਕਿਹੜੀ ਵਲੈਤ ਹੋਏ ਬਾਹਰੋਂ ਆਈ ਅਮਰੀਕਾ ਚੋ, ਕਿਹੜੀ ਅਮਰੀਕਾ, ਅਮਰੀਕਾ ਅਸੀਂ ਰੋਜ਼ ਜਾਂਦੇ ਹਾਂ, ਹੋਰ ਕਿੱਥੋਂ ਆ ਗਈ ਟੱਟੀ ਬਹਿ ਕੇ, ਹੋਰ ਕਿੱਥੋਂ ਹੋਰ ਕਰਨਾ ਮੈਂ ਗੱਪਾਂ ਮਾਰਦਾ ਮੋਠ ਆਵਾਜ਼ ਚ ਮਾਰ ਲਈ, ਹੋਰ ਕਰਨਾ ਮੈਂ ਘਰ ਵਾਲੀ ਤੇਰੀ ਮਾਲਕ ਹੈ ਤੂੰ ਉਹਦਾ ਪੁੱਤ, ਹੋ ਜਵੇ ਚੁੱਪ ਨਿਕਲੀ ਨੀ ਹਜੇ ਧੁੱਪ, ਹੋਰ ਕਰਨਾ ਮੈਂ ਵੜ ਵਧਾਈ ਉਦਾਂ ਖੜੇ ਹੋਏ ਇੱਕ ਮਿੰਟ ਇੱਥੇ ਰਹਿਣ ਦਿਓ ਸਮਾਨ ਪਿਆ ਏਦਾਂ ਹੀ ਕਲੀਆਂ, ਓ ਮਾਂ ਮੇਨਾਂ ਨੇ ਤੇਰੇ ਓ
ਜਨ ਵੇਲਾ ਜੋੜਾਂ ਦਾ ਜਿਵੇਂ ਸੋ ਚਾਚੇ ਦੇ ਨਾਂ ਦੇ ਪਿਆਂ ਦੀ ਵੇਲ ਤੇਰੇ ਸਿਰ ਨੂੰ ਸਜਾਇਆ ਲਾਗੇ ਫੁੱਲ ਕਲੀਆਂ ਤੇਰੇ ਸਿਰ ਨੂੰ ਸਜਾਇਆ ਲਾਗੇ ਫੁੱਲ ਕਲੀਆਂ ਸਾਰੇ ਇੱਕ ਫੋਟੋ ਜੀ ਆ ਜਾਓ ਇੱਧਰ ਖੜੀ ਹੋ ਜਾ ਇੱਧਰ ਇੱਥੇ ਦੇਖੋ ਆਜਾ ਇੱਥੇ ਖੜ ਜਾ ਇਹਨੂੰ ਫਤਿਹ ਸਿੱਧਾ ਮੂੰਹ ਕਰ ਆਜੋ ਤਾਈ ਹੁਣ ਦੋ ਜਾਣੀਆਂ ਤੁਸੀਂ ਰਹਿ ਗਈਆਂ ਤੁਸੀਂ ਵੀ ਆਜੋ ਆਜਾ ਮਣੇ ਉਹ ਚਾਚੀ ਆਉਂਦੀ ਨੀ ਬਲਵੀਰੋ ਇੱਧਰ ਨੂੰ ਆ ਲੱਗ ਚੰਗੀ ਚੀਜ਼ੀ ਲੈਣੀ ਦਿੰਦੇ ਹਾਂ ਬਹੁਤ